ਵੀਰੇ ਦਿੱਲੀ ਵੀ ਜਾਣਗੇ 26 ਨਵੰਬਰ ਦੀ ਸੱਦਾ ਕਾਲ ਹੈਗੀ ਹੈਗੀ ਜਿਹੜੀ ਪੰਜਾਬ ਦੇਸ਼ ਦੀਆਂ 500 ਜਥੇਬੰਦੀਆਂ ਵੱਲੋਂ ਕਿਉਂਕਿ ਦਿੱਲੀ ਇਕੱਲਾ ਪੰਜਾਬ ਹਰਿਆਣਾ ਨਹੀਂ ਜੇ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਜਿਵੇਂ ਉੜੀਸਾ ਦੇ ਵਿੱਚ ਤੇਲੰਗਾਨੇ ਦੇ ਵਿੱਚ ਬਿਹਾਰ ਬੰਗਾਲ ਦੇ ਵਿੱਚ ਬਹੁਤ ਸੂਬਿਆਂ ਦੇ ਵਿੱਚ ਆਸਾਮ ਦੇ ਵਿੱਚ ਮਹਿਮ ਪੱਕੀ ਹੋਈ ਹੈ ਉੱਥੇ ਵੀ ਕਿਸਾਨ ਲੜ ਰਹੇ ਨੇ ਜੋ ਸਾਰਿਆਂ ਦਾ ਤਾਲਮੇਲ ਬੈਠ ਗਿਆ ਇਕੱਠਾ ਹੱਲਾ ਵੱਜਿਆ ਤਾਂ ਇਕੱਠੇ ਹੱਲੇ ਨੇ ਦਿੱਲੀ ਹਿਲਾਉਣੀ ਹੈ ਸਾਰੇ ਪੰਪ ਟੋਲ ਇਹਨਾਂ ਤਕੜੇ ਘਰਾਣੇ ਕੋਲ ਤਾਂ ਹੈਗੇ ਨੇ ਸਰਕਾਰ 'ਚ ਬੈਠਾ ਹੋਇਆ ਅੱਜ ਕੈਪਟਨ ਵੀ ਇਹਨਾਂ ਦਾ ਹਿੱਸਾ ਹੈ ਬਾਦਲ ਵੀ ਇਹਨਾਂ ਦਾ ਹਿੱਸਾ ਕੈਪਟਨ ਜਥੇਬੰਦੀਆਂ ਨਾਲ ਇਹ ਵਾਅਦਾ ਕਰਕੇ ਮੁੱਕਰ ਗਿਆ ਕਿ ਮੈਂ ਇਜਲਾਸ ਸੱਦੂੰਗਾ ਅਤੇ ਮੈਂ ਮਤਾ ਰੱਦ ਕਰੂੰਗਾ ਹੁਣ ਤੁਸੀਂ ਇਹ ਦੇਖੋ ਕਿ ਯਾਰ ਉਹ ਕਹਿੰਦਾ ਕਰੋਨੇ ਕਰਕੇ ਮੈਂ ਰੱਦ ਨਹੀਂ ਕਰ ਰਿਹਾ ਜਦੋਂ ਰਾਹੁਲ ਗਾਂਧੀ ਉਹਦਾ ਹਜ਼ਾਰਾਂ ਦਾ ਇਕੱਠ ਕਰਨਾ ਉਦੋਂ ਕਰੋਨਾ ਕਿੱਥੇ ਹੈ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲੱਖਾਂ ਸਿਧਾਣਾ ਤੇ ਹਰਫ ਚੀਮਾ ਨੇ ਕਪੂਰਥਲਾ ਵਿੱਚ ਰਿਲਾਇੰਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਦੱਸ ਦਈਏ ਕਿ ਹਰਫ ਚੀਮਾ ਨੇ ਦੱਸਿਆ ਕਿ ਕਿਸਾਨੀ ਬਾਰੇ ਸਰਕਾਰ ਨਾਲੋਂ ਕਿਸਾਨਾਂ ਨੂੰ ਵਧੇਰੇ ਪਤਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਆਰਡੀਨੈਂਸ ਬਿਲਕੁਲ ਹੀ ਕਾਰਪੋਰੇਟਿਵ ਘਰਾਣਿਆਂ ਦੀ ਬੋਲੀ ਬੋਲਦੇ ਨੇ ਮੌਕੇ ਉੱਤੇ ਪ੍ਰੋਟੈਸਟ ਵਿੱਚ ਮੌਜੂਦ ਲੱਖਾਂ ਸਿਧਾਣਾ ਨੇ ਕਿਹਾ ਕਿ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਕਿ ਸਾਨੂੰ ਆਪਣੀਆਂ ਜ਼ਮੀਨਾਂ ਦੇ ਲਈ ਜਾਨਾਂ ਦੇਣੀਆਂ ਪੈ ਰਹੀਆਂ ਨੇ ਕੋਲੇ ਦੀ ਗੱਲ ਉੱਤੇ ਲੱਖਾਂ ਸਿਧਾਣਾ ਨੇ ਕਿਹਾ ਇਹ ਤਾਂ ਬਸ ਕਿਸਾਨੀ ਘੋਲ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਆਪਣੀ ਜਾਨ ਗਵਾਉਣੀ ਪੈ ਰਹੀ ਹੈ ਲੀਹਾਂ 'ਤੇ ਬਹਿ ਕੇ ਸੜਕਾਂ 'ਤੇ ਬਹਿ ਕੇ ਅਤੇ ਸਰਕਾਰ ਕੋਈ ਵੀ ਸੁਣ ਨਹੀਂ ਰਹੀ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਨੇ ਤਾਂ ਸੁਣਨੇ ਕੀ ਹੈ ਐਦੂ ਦੁੱਖ ਸਾਡੇ ਲਈ ਕੀ ਹੋ ਸਕਦਾ ਕਿ ਅਸੀਂ ਅੱਜ ਆਪਣੇ ਹੱਕਾਂ ਲਈ ਆਪਣੀਆਂ ਜ਼ਮੀਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਅੱਜ ਆਪਣੀਆਂ ਜਾਨਾਂ ਦੇ ਰਹੇ ਹਾਂ ਤਾਂ ਬਹੁਤ ਮੈਨੂੰ ਲੱਗਦਾ ਕਿ ਦੁੱਖ ਵਾਲੀ ਗੱਲ ਆ ਅਤੇ ਇਹ ਜਿਹੜਾ ਸੈਲਾਬ ਹੈ ਗੁੱਸੇ ਦਾ ਸੈਲਾਬ ਆ ਜਿਹੜਾ ਇਹ ਲੋਕਾਂ ਜਿਵੇਂ ਰੋਜ਼ ਦਿਨੋਂ ਦਿਨ ਵਾਧਾ ਤੁਰਿਆ ਜਾਣਾ ਅਤੇ ਇਹ ਇੱਕ ਬਹੁਤ ਵੱਡੀ ਕ੍ਰਾਂਤੀ ਦਾ ਰੂਪ ਇਹਨੇ ਧਾਰਨ ਕਰਤਾ ਜਿੱਦਾਂ ਹੁਣ ਅੱਜ ਦੇਖੋ ਇੱਕ ਤਾਂ ਇਹ ਸਾਜ਼ਿਸ਼ ਹੈਗੀ ਹੈ ਚਾਲ ਹੈਗੀ ਮੈਂ ਸਮਝਦਾ ਕਿ ਕਰੋਨਾ ਦੇ ਵਿੱਚ ਵੀ ਤਾਂ ਰੇਲਾਂ ਬੰਦ ਰਹੀਆਂ ਨੇ ਨਾ ਕਈ ਮਹੀਨੇ ਬੰਦ ਰਹੀਆਂ ਉਦੋਂ ਕਿੱਧਰ ਗਿਆ ਸੀ ਕੋਲਾ ਉਦੋਂ ਕਿਉਂ ਨਹੀਂ ਮੁੱਕਿਆ ਦੂਜਾ ਜਿਹੜਾ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇ ਕੋਲੇ ਦੀ ਗੱਲ ਹੈ ਰੇਹ ਦੀ ਗੱਲ ਹੈ ਤਾਂ ਅਸੀਂ ਆਪਣੇ ਝੰਡੇ ਲਾ ਕੇ ਤੂੰ ਲੈ ਕੇ ਆ ਰੇਲ ਗੱਡੀਆਂ ਅਸੀਂ ਲੰਘਾਵਾਂਗੇ ਨਹੀਂ ਰੋਕਾਂਗੇ ਅਤੇ ਫਿਰ ਵੀ ਇਹਦੇ ਬਾਵਜੂਦ ਇਹ ਪ੍ਰਾਪੇਗੰਡਾ ਹੋ ਰਿਹਾ ਕਿ ਦੇਖੋ ਜੀ ਇਹ ਤਾਂ ਕੋਲਾ ਹੀ ਦੋ ਦਿਨ ਦਾ ਰਹਿ ਗਿਆ ਬਿਜਲੀ ਗੁੱਲ ਹੋ ਜਾਣੀ ਆ 2 ਘੰਟੇ ਬਿਜਲੀ ਦੀ ਸਪਲਾਈ ਕਰਤੀ ਖੇਤਾਂ ਵਾਲੀ ਤਾਂ ਬਹੁਤ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਖੰਡਿਆਇਆ ਜਾਵੇ ਲੋਕ ਜਿਹੜੇ ਹੈਗੇ ਸੋਚਣ ਕਿ ਯਾਰ ਛੱਡੋ ਸੰਘਰਸ਼ਾਂ ਦਾ ਖੜਾ ਹੜਦਾ ਝੋਨਾ ਸੁੱਕ ਗਿਆ ਆਖੀਰਲੇ ਪਾਣੀ ਨੇ ਸਾਡੇ ਨਹੀਂ ਤਾਂ ਹਾਲੇ ਲਾਉਣੇ ਨੇ ਕੰਗਾਂ ਨੇ ਰੌਣੀ ਕਰਨੀ ਆ ਉਦੋਂ ਬਾਅਦ ਤਾਂ ਇਹ ਬਹੁਤ ਵੱਡਾ ਜਿਹੜਾ ਇਹਨਾਂ ਨੇ ਹਮਲਾ ਇਹ ਆਰੰਭਿਆ ਹੋਇਆ ਅਤੇ ਕਿਵੇਂ ਲੋਕਾਂ ਨੂੰ ਤਾਰ ਪਿੰਡੋ ਕਰਨਾ ਕਿਵੇਂ ਲੋਕਾਂ ਨੂੰ ਘੋਲ ਨੂੰ ਕਮਜ਼ੋਰ ਕਰਨਾ ਸ਼ਹਿਰ ਵਾਲਿਆਂ ਨੂੰ ਕਿਵੇਂ ਵੱਖ ਕਰਨਾ ਪਿੰਡਾਂ ਨੂੰ ਸ਼ਹਿਰ ਵਾਲਿਆਂ ਦੀ ਬਹੁਤ ਵੱਡੀ ਹਮਾਇਤ ਮਿਲ ਰਹੀ ਆ ਜੋ ਲਾਈਟ ਬੰਦ ਹੋਣੀ ਆ ਅਤੇ ਇਸ ਤਰ੍ਹਾਂ ਸ਼ਹਿਰਾਂ ਨੇ ਕਹਿਣਾ ਜਿਹੜਾ ਨਵਾਂ ਪੰਗਾ ਖੜਾ ਕਰਤਾ ਕਿਸਾਨਾਂ ਨੇ ਛੱਡੋ ਪਰ ਇਹਨਾਂ ਦਾ ਖਹਿੜਾ ਸੋ ਇਸ ਕਰਕੇ ਬਹੁਤ ਸਕੀਮਾਂ ਚੱਲਣਗੀਆਂ ਸਾਨੂੰ ਤੋਂ ਬਚਣ ਦੀ ਲੋੜ ਆ ਵੀਰੇ ਦਿੱਲੀ ਵੀ ਜਾਣਗੇ 26 ਨਵੰਬਰ ਦੀ ਸੱਦਾ ਕਾਲ ਹੈਗੀ ਹੈਗੀ ਜਿਹੜੀ ਪੰਜਾਬ ਦੇਸ਼ ਦੀਆਂ 500 ਜਥੇਬੰਦੀਆਂ ਵੱਲੋਂ ਕਿਉਂਕਿ ਦਿੱਲੀ ਇਕੱਲਾ ਪੰਜਾਬ ਹਰਿਆਣਾ ਨਹੀਂ ਜੇ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਜਿਵੇਂ ਉੜੀਸਾ ਦੇ ਵਿੱਚ ਤੇਲੰਗਾਨੇ ਦੇ ਵਿੱਚ ਬਿਹਾਰ ਬੰਗਾਲ ਦੇ ਵਿੱਚ ਬਹੁਤ ਸੂਬਿਆਂ ਦੇ ਵਿੱਚ ਆਸਾਮ ਦੇ ਵਿੱਚ ਮਹਿਮ ਪੱਕੀ ਹੋਈ ਹੈ ਉੱਥੇ ਵੀ ਕਿਸਾਨ ਲੜ ਰਹੇ ਨੇ ਜੋ ਸਾਰਿਆਂ ਦਾ ਤਾਲਮੇਲ ਬੈਠ ਗਿਆ ਇਕੱਠਾ ਹੱਲਾ ਵੱਜਿਆ ਤਾਂ ਇਕੱਠੇ ਹੱਲੇ ਨੇ ਦਿੱਲੀ ਹਿਲਾਉਣੀ ਆ ਸਰਕਾਰਾਂ ਦਾ ਰੋਲ ਵੀਰੇ ਮੈਂ ਬੋਲਿਆ ਕਿ 5 ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਉਦੋਂ ਜਿਹੜੇ ਅੱਜ ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਉਦੋਂ ਵੀ 5 ਦੇ ਵਿੱਚ ਮੁੱਖ ਮੰਤਰੀ ਸੀ ਜਦੋਂ ਇਹਨਾਂ ਨੇ ਆਪਣਾ ਖੇਤੀ ਉਤਪਾਦ ਜਿਹੜੀ ਮੰਡੀ ਸੋਧ ਐਕਟ ਲੈ ਕੇ ਆਉਂਦਾ ਉਹਦੇ 'ਚ ਕੀ ਸੀ ਉਹਦੇ 'ਚ ਇਹ ਸੀ ਵੀ ਕੋਈ ਬੰਦੇ ਨੇ ਆਪਣੀ ਪ੍ਰਾਈਵੇਟ ਮੰਡੀ ਖੋਲ੍ਹਣੀ ਸਰਕਾਰ ਤੋਂ ਲਾਇਸੈਂਸ ਲੈ ਲਓ 13 ਦੇ ਵਿੱਚ ਬਾਦਲ ਆਉਂਦਾ ਬਾਦਲ ਉਦੋਂ ਅੱਗੇ ਟੱਪ ਜਾਂਦਾ ਕੰਟਰੈਕਟ ਫਾਰਮਿੰਗ ਜਿਹੜੀ ਐਕਟ ਲੈ ਕੇ ਆਉਂਦਾ ਕਿ ਕੋਈ ਵੀ ਇੱਥੇ ਮਤਲਬ ਕਿ ਜਿਹੜੀ ਬਾਹਰਲੀ ਕੰਪਨੀ ਹੈ ਉਹਨੂੰ ਖੁੱਲ੍ਹਾ ਸੱਦਾ ਦੇਦਾ ਵੀ ਤੁਸੀਂ ਠੇਕੇ 'ਤੇ ਖੇਤੀ ਕਰਾ ਸਕਦੇ ਹੋ ਤਾਂ ਉਹ ਜੁੜੇ ਹੋਏ ਨੇ ਯਾਰ ਸਾਰੇ ਪੰਪ ਟੋਲ ਇਹਨਾਂ ਤਕੜੇ ਘਰਾਣੇ ਕੋਲ ਤਾਂ ਹੈਗੇ ਨੇ ਇਹ ਤਾਂ ਇਹਨਾਂ ਦਾ ਹਿੱਸਾ ਨੇ ਸਰਕਾਰ 'ਚ ਬੈਠਾ ਹੋਇਆ ਅੱਜ ਕੈਪਟਨ ਵੀ ਇਹਨਾਂ ਦਾ ਹਿੱਸਾ ਬਾਦਲ ਵੀ ਇਹਨਾਂ ਦਾ ਹਿੱਸਾ ਕੈਪਟਨ ਜਥੇਬੰਦੀਆਂ ਨਾਲ ਇਹ ਵਾਅਦਾ ਕਰਕੇ ਮੁੱਕਰ ਗਿਆ ਕਿ ਮੈਂ ਇਜਲਾਸ ਸੱਦੂੰਗਾ ਅਤੇ ਮੈਂ ਮਤਾ ਰੱਦ ਕਰੂੰਗਾ ਹੁਣ ਤੁਸੀਂ ਇਹ ਦੇਖੋ ਕਿ ਯਾਰ ਉਹ ਕਹਿੰਦਾ ਕਰੋਨੇ ਕਰਕੇ ਮੈਂ ਰੱਦ ਨਹੀਂ ਕਰ ਰਿਹਾ ਜਦੋਂ ਰਾਹੁਲ ਗਾਂਧੀ ਉਹਦਾ ਹਜ਼ਾਰਾਂ ਦਾ ਇਕੱਠ ਕਰਨਾ ਉਦੋਂ ਕਰੋਨਾ ਕਿੱਥੇ ਹੈ
ਜਦੋਂ ਤੁਸੀਂ ਉੱਥੇ ਆਪਣਾ ਇਜਲਾਸ ਸੱਦਣਾ, ਉੱਥੇ ਆਪਣੇ ਵਿਧਾਇਕਾਂ ਨੂੰ ਸੱਦਣਾ, ਉਦੋਂ ਤੁਸੀਂ ਕਹਿੰਦੇ ਕਰਾਉਂਦਾ ਯਾਰ, ਹੈ ਨਾ? ਉਦੋਂ ਤੁਸੀਂ ਬਹੁਤ ਨੇੜੇ ਨੇੜੇ ਇਕੱਠੀ ਭੀੜ ਵੱਜਦੀ ਇੱਕ ਦੂਜੇ 'ਚ, ਪਰ ਉਹਦਾ ਦੂਰ ਦੂਰ ਬਿਠਾ ਲੈਂਦੇ ਹੁੰਦੇ ਆ। ਤਾਂ ਇਹ ਬੜੀਆਂ ਸਕੀਮਾਂ ਨੇ, ਇਹਨਾਂ ਨੇ ਕਦੇ ਵੀ ਨਾ ਪੰਜਾਬ ਸਰਕਾਰ ਨੇ ਸਾਡਾ ਕੋਈ ਫਾਇਦਾ ਕਰਨਾ, ਸੈਂਟਰ ਨੇ ਤੁਹਾਡਾ ਕਰਨਾ ਕਿ ਨਾ, ਸ਼ੁਰੂ ਤੁਹਾਡੇ ਨਾਲ ਧੱਕੇ ਹੋਏ ਨੇ। ਸੋ ਇਸ ਕਰਕੇ ਤਾਂ ਇਹੀ ਕਹਿਣਾ ਚਾਹੁੰਦੇ ਕਿ ਹੁਣ ਤਾਂ ਛੱਡ ਦਿਓ ਖਹਿੜਾ ਕਿ ਅਸੀਂ ਬਾਦਲ ਵਾਲੇ ਹਾਂ ਅਤੇ ਅਸੀਂ ਕਾਂਗਰਸ ਵਾਲੇ ਹਾਂ, ਹੁਣ ਸਾਡੇ ਪੱਲੇ ਕੁਛ ਰਿਹਾ ਨਹੀਂ ਅਤੇ ਨਾ ਹੀ ਰਹਿਣਾ। ਜਿਹੜਾ ਕਿ ਹਾਥਰਸ ਦੇ ਵਿੱਚ ਇੱਕ ਦਲਿਤ ਪਰਿਵਾਰ ਦੀ ਬੇਟੀ ਨਾਲ ਜਿਹੜਾ ਕਿ ਬਲਾਤਕਾਰ ਕੀਤਾ ਗਿਆ, ਉੱਥੇ ਮੀਡੀਆ ਦੀ ਜਿਹੜੀ ਕਿ ਸੁਣਵਾਈ ਨਹੀਂ ਕੀਤੀ ਗਈ, ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ, ਉਹਦੇ ਬਾਰੇ ਕੀ ਸੋਚਦੇ? ਬਿਲਕੁਲ ਵੀਰੇ, ਉਹ 'ਚ ਬੜਾ ਦੁੱਖ ਹੋਇਆ। ਮੈਂ ਕੱਲ੍ਹ ਖਬਰ ਪੜ੍ਹ ਰਹੀ, ਤਿੰਨ ਪੱਤਰਕਾਰਾਂ ਦੇ ਉੱਤੇ UAPA ਲਾਇਆ ਗਿਆ। ਦੇਖੋ ਜੇ ਪੱਤਰਕਾਰ ਕਹਿੰਦੇ ਹੁੰਦੇ ਆਪਣੇ ਚੌਥਾ ਥੰਮ ਹੈ ਜਿਹੜਾ ਲੋਕਤੰਤਰ ਦਾ, ਤਾਂ ਉਹ ਮੀਡੀਆ ਹੁੰਦਾ। ਅਤੇ ਜੋ ਮੀਡੀਆ ਨੂੰ ਆਪਾਂ ਦੱਬ ਦਿਆਂਗੇ ਤਾਂ ਸੱਚਾਈ ਸਾਡੇ ਸਾਹਮਣੇ ਕਿੱਥੋਂ ਆਉਣੀ ਹੈ? ਉਹ ਗੱਲ ਬੋਲਦੇ ਸੀ ਬੁਲਾਰੇ ਸਟੇਜ ਤੋਂ, ਕੋਰੀਆ ਵਾਲਾ ਹਾਲ, ਕੋਰੀਆ ਤੋਂ ਭੈੜਾ ਹਾਲ ਸਾਡਾ ਹੋਈ ਜਾਂਦਾ ਯਾਰ। ਜੇ ਕੋਈ ਪੱਤਰਕਾਰ ਆ ਉਹਦੇ UAPA ਲਾ ਕੇ, NSA ਲਾ ਕੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ। ਮੈਨੂੰ ਐਂ ਦੱਸੋ ਵੀ ਪੱਤਰਕਾਰ ਨੇ ਕਿਹੜੀ ਦੇਸ਼ ਧਰੋਹੀ ਵਾਲੀ ਗੱਲ ਕਰਤੀ, ਕਿਹੜਾ ਉਹਨੇ ਵੱਖਵਾਦੀ ਵਾਲੀ ਗੱਲ ਕਰਤੀ, ਕਿਹੜੀ ਉਹਦੇ ਕੋਲ 147 ਫੜੀ ਗਈ? ਕੀ ਇਹ ਮੈਕ ਤੋਂ ਵੀ ਇੰਨਾ ਡਰਨ ਲੱਗ ਗਏ? ਕਿ ਮੀਡੀਆ ਤੋਂ ਇੰਨਾ ਡਰ ਲੱਗਣ ਲੱਗ ਗਿਆ? ਜਿਹੜਾ ਸੱਚਾ ਮੀਡੀਆ, ਜਿਹੜਾ ਤਾਂ ਬਖਾਊ ਇਹਦਾ ਨਾਲ ਹੀ ਹੈ, ਸੱਚੇ ਮੀਡੀਆ ਦਾ ਇੰਨਾ ਡਰ ਪੈਦਾ ਹੋ ਗਿਆ ਕਿ ਉਹਨਾਂ ਦੇ ਇਹੋ ਜਿਹੇ ਮੁਕੱਦਮੇ ਦੇ ਕੇ ਅੰਦਰ ਕਰਕੇ, ਤਾਂ ਕਿ ਜਿਹੜੇ ਆਮ ਹੋਰ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਦੱਬ ਦਿੱਤਾ ਜਾ, ਬੋਲਣ ਦੀ ਆਜ਼ਾਦੀ ਸਾਥੋਂ ਖੋਈ ਜਾ। ਨਹੀਂ, ਇੱਦਾਂ ਦਾ ਨਹੀਂ ਕਿਹਾ ਜਾ ਸਕਦਾ ਜੀ। ਪਤਾ ਕੀ ਆ, ਸਾਨੂੰ ਮਿਲਦੇ ਨੇ ਕੰਟੀਨਿਊਸਲੀ ਕਲਾਕਾਰ। ਜਿਵੇਂ ਇੱਕ ਭਰਾ ਨੇ ਹੁਣੇ ਕੁਐਸਚਨ ਕੀਤਾ ਸੀਗਾ ਵੀ ਇਹ ਜਿਹੜੀ ਲਹਿਰ ਆ ਇਹਨੂੰ ਥੋੜ੍ਹਾ ਜਿਹਾ ਨੈਸ਼ਨਲ ਲੈਵਲ 'ਤੇ ਲੈ ਕੇ ਜਾਣ ਦੀ ਲੋੜ ਆ। ਚਲੋ ਨੈਸ਼ਨਲ ਮੀਡੀਆ ਨਹੀਂ ਉਨਾ ਸਾਥ ਦੇ ਰਿਹਾ, ਪਰ ਅਸੀਂ ਹੁਣ ਸਾਰੇ ਕਲਾਕਾਰ ਭਰਾ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਰਲ ਕੇ ਵੀ ਕਿਵੇਂ ਆਪਦੇ ਸੋਸ਼ਲ ਮੀਡੀਆ ਦੇ ਜ਼ਰੀਏ ਅਵੇਅਰ ਕੀਤਾ ਜਾਵੇ ਸਾਰਿਆਂ ਨੂੰ ਵੀ ਇਹ ਜਿਹੜੇ ਬਿੱਲ ਨੇ, ਆਰਡੀਨੈਂਸ ਨੇ, ਇਹ ਕਿਵੇਂ ਆਮ ਬੰਦੇ ਲਈ, ਕਿਸਾਨਾਂ ਲਈ ਮਾਰੂ ਨੇ। ਸੋ ਅਸੀਂ ਸਾਰੇ ਕਲਾਕਾਰਾਂ ਦੀ ਮੀਟਿੰਗ ਹੋਈ ਸੀ ਪਿੱਛੇ, ਉਹਦੇ ਵਿੱਚ ਸਾਰੇ ਆਰਟਿਸਟ ਹੀ ਆਏ ਸੀ ਜਿਹੜੇ ਚਲੋ ਫਿਜ਼ੀਕਲ ਅਪੀਅਰੈਂਸ ਆਪਦੀ ਨਹੀਂ ਦੇ ਸਕਦੇ, ਪਰ ਇੱਦਾਂ ਦੀ ਕੋਈ ਕੰਟਰੀਬਿਊਸ਼ਨ ਦੇ ਸਕਦੇ ਨੇ। ਸੋ ਅਸੀਂ ਸਾਰਿਆਂ ਦੀ ਧੰਨਵਾਦੀ ਹਾਂ, ਕਿਉਂਕਿ ਕੀ ਹੁੰਦਾ ਵੀ ਉਹ ਚਲੋ ਅਲੱਗ ਹੁੰਦੀ ਆ ਗੱਲ ਵੀ ਕਿਸੇ ਦੀ ਵਿਚਾਰਧਾਰਾ ਕਿਸੇ ਚੀਜ਼ ਨੂੰ ਲੈ ਕੇ ਕੀ ਆ ਜਾਂ ਕੋਈ ਕੀ ਸੋਚਦਾ, ਉਹ ਇੱਕ ਅਲੱਗ ਗੱਲ ਆ। ਪਰ ਮੈਨੂੰ ਲੱਗਦਾ ਵੀ ਇਸ ਟਾਈਮ ਜਿਹੜੇ ਸਾਰੇ ਆਰਟਿਸਟ ਨੇ ਜਿਹੜੇ ਯੋਗਦਾਨ ਪਾ ਸਕਦੇ ਨੇ ਪਾਈ ਜਾਂਦੇ ਨੇ। ਕਿਸਾਨ ਅੰਦੋਲਨ ਦੇ ਤੁਹਾਡੇ ਮੁਤਾਬਕ ਕੀ ਮਾਇਨੇ ਨੇ? ਦੇਖੋ ਜੀ, ਕਿਸਾਨ ਅੰਦੋਲਨ ਦੇ ਮੇਰੇ ਮੁਤਾਬਕ ਜੇ ਤੁਸੀਂ ਮਾਇਨੇ ਪੁੱਛਦੇ ਹੋ ਤਾਂ ਅੱਜ ਜੇ ਸਾਡੇ ਬਜ਼ੁਰਗ ਉਹਨਾਂ ਦੇ ਨਾਲ ਨੌਜਵਾਨ ਪਹਿਲੀ ਵਾਰੀ ਇਸ ਤਾਦਾਦ ਦੇ ਵਿੱਚ ਸੜਕਾਂ ਦੇ ਉੱਤੇ ਆਇਆ ਤਾਂ ਇਹਦੇ ਮਾਇਨੇ ਇਹੀ ਨੇ ਵੀ ਜਿਹੜਾ ਆਮ ਬੰਦਾ ਜਿਹੜਾ ਕਿਸਾਨ ਆ, ਹੁਣ ਕਿਤੇ ਨਾ ਕਿਤੇ ਪ੍ਰਚਾਰ ਕੀਤਾ ਜਾਂਦਾ ਵੀ ਸੈਂਟਰ ਕਹਿ ਰਿਹਾ ਵੀ ਇਹ ਫਾਇਦੇਮੰਦ ਨੇ, ਕਿਸਾਨ ਹਿਤੈਸ਼ੀ ਨੇ ਜਿਹੜੇ ਬਿੱਲ ਨੇ ਨਾ। ਪਰ ਜੇ ਕਿਸਾਨ ਹਿਤੈਸ਼ੀ ਨੇ ਤਾਂ ਕਿਸਾਨਾਂ ਨੂੰ ਤਾਂ ਕਿਸਾਨੀ ਬਾਰੇ ਪਤਾ ਹੀ ਆ ਨਾ, ਜੇ ਉਹ ਸੜਕਾਂ ਦੇ ਉੱਤੇ ਨੇ ਤਾਂ ਮਤਲਬ ਰੋਹ ਆ, ਅਤੇ ਦੂਜੀ ਗੱਲ ਮਾਰੂ ਨੇ ਇਹ ਆਰਡੀਨੈਂਸ। ਸੋ ਇਹ ਸਾਫ਼ ਸ਼ਬਦਾਂ ਦੇ ਵਿੱਚ ਇਹੀ ਆ, ਜੇ ਸਾਡੇ ਵਰਗੇ ਲੋਕਾਂ ਨੂੰ ਵੀ ਉਤਰਨਾ ਪੈ ਰਿਹਾ, ਦੁਕਾਨਦਾਰਾਂ ਨੂੰ, ਮਜ਼ਦੂਰਾਂ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ, ਤਾਂ ਇਹ ਜਿਹੜੇ ਆਰਡੀਨੈਂਸ ਨੇ ਜਿਹੜੇ ਟੋਟਲੀ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲਦੇ ਨੇ, ਸੋ ਇਹ ਬਹੁਤ ਮਾਰੂ ਨੇ। ਸਰ, ਲਾਸਟ ਕੁਐਸਚਨ ਹੈ, ਕਿਸਾਨਾਂ ਵੱਲੋਂ 15 ਅਕਤੂਬਰ ਤੱਕ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਜਿਹੜਾ ਕਾਨੂੰਨ ਖਿਲਾਫ ਕਾਰਵਾਈ ਬਾਰੇ ਤੁਹਾਡੀ ਕੀ ਰਾਏ? ਦੇਖੋ ਜੀ, ਜਿਵੇਂ ਬਾਈ ਹੋਣਾ ਨੇ ਕਿਹਾ ਵੀ ਜਿੱਥੇ ਸਿਆਸੀ ਸ਼ਬਦ ਆ ਜਾਂਦਾ ਉੱਥੇ ਸਿਆਸਤ ਹੀ ਹੋਣੀ ਹੁੰਦੀ ਹੈ ਨਾ, ਪਹਿਲੀ ਗੱਲ ਤਾਂ। ਪਰ ਉਹਦੇ ਬਾਵਜੂਦ ਵੀ ਜੇ ਕਿਸੇ ਨੂੰ ਦੁੱਖ ਦਰਦ ਆ, ਜਿਵੇਂ ਮੰਨ ਲਓ ਤੁਸੀਂ ਖੇਤਰੀ ਪਾਰਟੀਆਂ ਦੀ ਗੱਲ ਕਰੀ ਜਾਂ ਕਿਸੇ ਦੀ, ਮੈਂ ਬੇਨਤੀ ਕਰਦਾ ਉਹ ਵੀ ਚਲੋ ਜਿਹੜੇ ਉਹਨਾਂ ਦੇ ਨਾਲ ਜਾਂਦੇ ਨੇ ਉਹ ਵੀ ਸਾਡੇ ਭਰਾ ਹੀ ਨੇ, ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਇਹ ਕਰਦੇ ਹਾਂ ਵੀ ਜੇ ਆਪਾਂ ਕਿਸਾਨਾਂ ਦੀ ਲੜਾਈ ਲੜਨੀ ਆ ਤਾਂ ਕਿਸਾਨੀ ਦੇ ਝੰਡੇ ਥੱਲੇ ਲੜੀ ਜਾਵੇ ਨਾ, ਇੱਕ ਝੰਡੇ ਥੱਲੇ ਆ ਕੇ। ਸੋ ਸਾਰੇ ਜਾਣੇ ਆਪਾਂ ਜਿਹੜਾ ਇਹ ਲਹਿਰ ਬਹੁਤ ਵੱਡੀ ਬਣੀ ਆ ਇਹਦੇ ਵਿੱਚ ਆਪਦਾ ਬਣਦਾ ਯੋਗਦਾਨ ਪਾਈਏ ਅਤੇ ਇੱਕ ਝੰਡੇ ਥੱਲੇ ਸਾਰੀ ਲੜਾਈ ਲੜੀਏ। ਸਰ, ਕਿਸਾਨੀ ਝੰਡੇ, ਜਿੱਦਾਂ ਤੁਸੀਂ ਕਿਹਾ ਕਿ ਕਿਸਾਨੀ ਦੇ ਝੰਡੇ ਹੇਠਾਂ ਕਿ ਸਭ ਨੂੰ ਪ੍ਰਦਰਸ਼ਨ ਕਰਨਾ ਚਾਹੀਦਾ, ਪਰ ਜਿਹੜੀਆਂ ਸਿਆਸੀ ਪਾਰਟੀਆਂ ਉਹ ਆਪਣੇ ਝੰਡੇ ਨੂੰ ਅੱਗੇ ਰੱਖਦੀਆਂ ਅਤੇ ਕਿਸਾਨੀ ਦੇ ਝੰਡੇ ਨੂੰ ਕਿਤੇ ਨਾ ਕਿਤੇ ਉਹ ਅੱਗੇ ਹੀ ਨਹੀਂ ਕਰਦੀਆਂ, ਅਤੇ ਕੀ ਇਹ ਸਿਆਸਤ ਹੀ ਚੱਲ ਰਹੀ ਆ? ਦੇਖੋ, ਤੁਸੀਂ ਮੀਡੀਆ ਵਾਲੇ ਹੋ, ਮੇਰੇ ਨਾਲੋਂ ਬਹੁਤ ਵਧੀਆ ਢੰਗ ਨਾਲ ਤੁਸੀਂ ਜਾਣਦੇ ਹੋ ਇਹ ਚੀਜ਼ ਨੂੰ। ਇਹ ਤਾਂ ਮਤਲਬ ਜਿਵੇਂ ਹੁਣ ਮੰਨ ਲਾ ਸਿਆਸਤ ਆ, ਪੋਲੀਟਿਕਸ ਆ, ਸੋ ਉਹਦਾ ਉਸੇ ਚੀਜ਼ ਦਾ ਪਾਰਟ ਆ, ਇਹ ਤਾਂ ਸਾਰੀਆਂ ਚੀਜ਼ਾਂ ਨੇ। ਪਰ ਗੁਜ਼ਾਰਿਸ਼ ਇਹੀ ਆ ਜੇ ਕੋਈ ਵੀ ਬੰਦਾ ਵੀ ਰਾਈਟ ਨਾ ਹੋਵੇ ਟਾਈਮ, ਆਪਾਂ ਪੋਲੀਟਿਕਸ ਛੱਡ ਦਈਏ, ਕਿਉਂਕਿ ਜਿਹੜੀ ਲਹਿਰ ਉੱਠੀ ਆ, ਜਿੰਨੇ ਜਾਗਰੂਕ ਹੋਏ ਨੇ ਨੌਜਵਾਨ, ਵਿਦੇਸ਼ਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਹੁਣ ਅੱਜ ਕੋਈ ਕੈਨੇਡਾ ਬੈਠਾ ਟਰੱਕ ਚਲਾਉਂਦਾ, ਉਹ ਕਿਉਂ ਪ੍ਰੋਟੈਸਟ ਕਰ ਰਿਹਾ? ਉਹ ਕਿਉਂ ਆਪਦੀ ਮਤਲਬ ਦਿਹਾੜੀ ਛੱਡ ਕੇ ਸੜਕ ਦੇ ਉੱਤੇ ਆ ਰਿਹਾ? ਕਾਰਨ ਕੀ ਆ? ਵੀ ਇਹ ਸਾਡੀ ਹੋਣ ਦੀ ਲੜਾਈ ਆ, ਇਸ ਲਈ ਸਾਨੂੰ ਸਾਰਿਆਂ ਨੂੰ ਲੜਨਾ ਪਊਗਾ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ।